ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਇੰਟਰਨੈਸ਼ਨਲ ਫਤਿਹ ਅਕੈਡਮੀ ਵਿੱਚ ਕਿਉਂ ਲਗਾਇਆ ਗਿਆ ਹਿੰਦੁਸਤਾਨ ਸਕਾਊਟਸ ਐਂਡ ਗਾਈਡੈਂਸ ਪੰਜਾਬ ਟ੍ਰੇਨਿੰਗ ਕੈਂਪ। ਔਰ ਜੈਸੇ ਕਿ ਅਭੀ ਅਭੀ ਆਪਣੇ ਹਮਾਰੇ ਅੰਮ੍ਰਿਤਸਰ ਕੇ MP ਸਾਹਿਬ ਸੇ ਬਾਤ ਕੀ ਥੀ ਕਿ ਨਸ਼ਾ ਕਾ ਬਹੁਤ ਹੋ ਰਹਾ ਹੈ ਪੰਜਾਬ ਕੇ ਅੰਦਰ, ਤੋ ਸਕਾਊਟ ਗਾਈਡ ਨਸ਼ਾ ਕੇ ਖਿਲਾਫ ਚਲਤੀ ਹੈ ਸਬਸੇ ਪਹਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਹਿੰਦੁਸਤਾਨ ਸਕਾਊਟਸ ਐਂਡ ਗਾਈਡੈਂਸ ਪੰਜਾਬ ਟ੍ਰੇਨਿੰਗ ਕੈਂਪ ਦੇ ਸਟੇਟ ਸੈਕਟਰੀ ਨਿਤਿਸ਼ ਚੌਧਰੀ ਅਤੇ ਜਗਰੂਪ ਸਿੰਘ ਸ਼ੇਖਵਾਂ ਸਟੇਟ ਪ੍ਰੈਜ਼ੀਡੈਂਟ, ਜਵਾਨਾਂ ਅਤੇ ਸਕੂਲ ਦੇ ਬੱਚਿਆਂ ਨੇ MP ਗੁਰਜੀਤ ਸਿੰਘ ਔਜਲਾ ਨੂੰ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ MP ਗੁਰਜੀਤ ਸਿੰਘ ਔਜਲਾ ਨੇ ਝੰਡਾ ਵੀ ਲਹਿਰਾਇਆ। ਇਸ ਮੌਕੇ ਹਿੰਦੁਸਤਾਨ ਸਕਾਊਟਸ ਐਂਡ ਗਾਈਡੈਂਸ ਪੰਜਾਬ ਟ੍ਰੇਨਿੰਗ ਕੈਂਪ ਦੇ ਸਟੇਟ ਸੈਕਟਰੀ ਨਿਤਿਨ ਚੌਧਰੀ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਵਿੱਚ ਪਹਿਲੀ ਵਾਰ ਲਗਾਇਆ ਗਿਆ ਹੈ ਤੇ ਇਸ ਕੈਂਪ ਦਾ ਮੁੱਖ ਉਦੇਸ਼ ਪੰਜਾਬ ਵਿੱਚੋਂ ਨਸ਼ੇ ਨੂੰ ਮੁਕਾਉਣਾ ਹੈ ਅਤੇ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਅਸੀਂ ਨਸ਼ੇ ਤੋਂ ਹਟਾ ਕੇ ਦੇਸ਼ ਭਗਤੀ ਵੱਲ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਅੰਦਰ ਅਸੀਂ ਦੇਸ਼ ਭਗਤੀ ਦਾ ਜਜ਼ਬਾ ਭਰਦੇ ਹਾਂ ਤਾਂ ਜੋ ਉਹਨਾਂ ਨੂੰ ਚੰਗੇ ਕੰਮਾਂ ਵਾਸਤੇ ਪ੍ਰੇਰਿਆ ਜਾ ਸਕੇ ਅਤੇ ਅਸੀਂ ਇੱਕ ਨਸ਼ਾ ਮੁਕਤ ਦੇਸ਼ ਬਣਾ ਸਕੀਏ। ਤਾਰ ਪੂਰਵਕ ਬਤਾਏ ਆਪਣੇ, ਇਹ ਹਮਾਰਾ ਹਿੰਦੁਸਤਾਨ ਸਕਾਊਟਸ ਐਂਡ ਗਾਈਡਸ ਪੰਜਾਬ ਸਟੇਟ, ਇਹ ਜੋ ਹਮਾਰੇ ਯਹਾਂ ਸਟੇਟ ਲੈਵਲ ਟੀਚਰਸ ਟ੍ਰੇਨਿੰਗ ਕੈਂਪ ਐਂਡ ਰਾਜ ਪੁਰਸਕਾਰ ਕੈਂਪ ਕਾ ਆਯੋਜਨ ਕੀਆ ਗਿਆ ਹੈ। ਔਰ ਜੈਸੇ ਕਿ ਅਭੀ ਅਭੀ ਆਪਣੇ ਹਮਾਰੇ ਅੰਮ੍ਰਿਤਸਰ ਕੇ MP ਸਾਹਿਬ ਸੇ ਬਾਤ ਕੀ ਥੀ ਕਿ ਨਸ਼ਾ ਕਾ ਬਹੁਤ ਹੋ ਰਹਾ ਹੈ ਪੰਜਾਬ ਕੇ ਅੰਦਰ, ਤੋ ਸਕਾਊਟ ਗਾਈਡ ਨਸ਼ਾ ਕੇ ਖਿਲਾਫ ਚਲਤੀ ਹੈ ਸਭ ਤੋਂ ਪਹਿਲੇ, ਔਰ ਬੱਚੋਂ ਕੋ ਯੁਵਾਓਂ ਕੋ ਯੇ ਸਿਖਾਤੀ ਹੈ ਇੱਕ ਆਪਣੀ ਦੇਸ਼ ਕੀ ਭਾਵਨਾ, ਇੱਕ ਨਸ਼ਾ ਮੁਕਤ ਆਪਣਾ ਦੇਸ਼ ਹੋ, ਔਰ ਇੱਕ ਸੇਵਾ ਪ੍ਰਭਾਵ ਆਪਣੇ ਬੱਚੇ ਹੋ। ਔਰ ਸਕਾਊਟ ਗਾਈਡ ਸਾਥ ਮੇਂ ਯੇ ਵੀ ਸਿਖਾਤੀ ਹੈ ਕਿ ਹਮਾਰਾ ਜੋ ਦੇਸ਼ ਹੈ, ਹਮਾਰੀ ਜੋ ਪ੍ਰਤਿਭਾ ਹੈ, ਉਸੇ ਹਮੇ ਕਿਆ ਮਿਲ ਰਿਹਾ ਹੈ ਔਰ ਕਿਤਨਾ ਹਮਾਰਾ ਅੱਛਾ ਔਰ ਕਿਤਨੀ ਅੱਛੀ ਹਮਾਰੀ ਪ੍ਰਤਿਭਾ ਹੈ, ਉਹ ਸਾਰਾ ਕੁਛ ਵੀ ਜੋ ਕਿ ਹਮਾਰੀ ਸਕਾਊਟਸ ਐਂਡ ਗਾਈਡ ਸਿਖਾਤੀ ਹੈ। ਜੇ ਪੰਜਾਬ ਮੇਂ ਕਹਾਂ ਔਰ ਵੀ ਕਹੀਂ ਜਾ ਰਹੇ? ਹਾਂ, ਇਹ ਹਮਾਰਾ ਪੂਰੇ ਆਲ ਓਵਰ ਇੰਡੀਆ ਚਲਤਾ ਹੈ, ਵੈਸੇ ਇਹ ਇੰਟਰਨੈਸ਼ਨਲ ਔਰਗਨਾਈਜੇਸ਼ਨ ਹੈ, ਜਿਸ ਪ੍ਰਕਾਰ ਸੇ ਹਮਾਰੇ ਭਾਰਤ ਦੇਸ਼ ਮੇਂ ਸਕਾਊਟਸ ਐਂਡ ਗਾਈਡਸ ਮੈਂ ਯੁਵਾ ਔਰ ਬੱਚੋਂ ਕੋ ਸ਼ਿਕਸ਼ਾ ਦੀ ਜਾਤੀ ਹੈ, ਉਸ ਪ੍ਰਕਾਰ ਸੇ ਜੋ ਅਨ ਦੇਸ਼ ਹੈ ਪੂਰੇ ਵਿਸ਼ਵ ਮੇਂ, ਵਹਾਂ ਵੀ ਸਕਾਊਟਸ ਐਂਡ ਗਾਈਡਸ ਕੀ ਸੇਮ ਸ਼ਿਕਸ਼ਾ ਸਿਖਾਈ ਜਾਤੀ ਹੈ। ਮੇਨ ਮਕਸਦ ਕਿਆ ਹੈ? ਮੈਂ ਮਕਸਦ ਹਮਾਰਾ ਜੋ ਮੋਟੋ ਹੈ ਸਰਵ ਮੈਨ ਟੂ ਰੀਚ ਗੋਡ ਕਿ ਨਰ ਸੇਵਾ ਹੀ ਨਾਰਾਇਣ ਸੇਵਾ ਹੈ। ਇਸ ਮੌਕੇ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਅਤੇ ਚੇਅਰਮੈਨ ਜਗਬੀਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਹਿੰਦੁਸਤਾਨ ਸਕਾਊਟਸ ਐਂਡ ਗਾਈਡੈਂਸ ਪੰਜਾਬ ਟ੍ਰੇਨਿੰਗ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਹੈ। ਸਾਡਾ ਮੁੱਖ ਮਕਸਦ ਬੱਚਿਆਂ ਦੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਵਧਾਉਣਾ ਹੈ ਤੇ ਦੂਜੇ ਪਾਸੇ ਨਸ਼ੇ ਦਾ ਖਾਤਮਾ ਕਰਨ ਵਾਸਤੇ ਸਰਕਾਰ ਆਪਣਾ ਕੰਮ ਕਰ ਹੀ ਰਹੀ ਹੈ, ਪਰ ਫਿਰ ਵੀ ਸਾਨੂੰ ਆਪਣੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪਣੇ ਵੱਲੋਂ ਅਜਿਹੀ ਸ਼ੁਰੂਆਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਭਾਰਤ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਅਤੇ ਬੱਚਿਆਂ ਨੂੰ ਖੇਡਾਂ ਵਾਸਤੇ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਖੇਡਾਂ ਵਿੱਚ ਅੱਗੇ ਆ ਸਕਣ ਤੇ ਨਾਮਣਾ ਖੱਟ ਸਕਣ। ਇਸ ਕੈਂਪ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਬਹੁਤ ਕੁਝ ਸਿੱਖਣ ਵਾਸਤੇ ਮਿਲੇਗਾ, ਜੋ ਕਿ ਨਿੱਜੀ ਜੀਵਨ ਵਿੱਚ ਵੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋਵੇਗਾ। ਇਸ ਮੌਕੇ ਸਾਰਿਆਂ ਨੂੰ ਹੀ ਚੇਅਰਮੈਨ ਜਗਬੀਰ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਇਸ ਮੌਕੇ ਮੰਗੇ ਰਾਮ ਚੌਹਾਨ, ਜੈਵੀਰ ਸਿੰਘ, ਫਤਿਹ ਅਕੈਡਮੀ ਸਕੂਲ ਦੇ ਪ੍ਰਿੰਸੀਪਲ ਨਿਤਿਨ ਚੌਧਰੀ, ਜਗਰੂਪ ਸਿੰਘ ਅਤੇ SP ਗੁਰਜੀਤ ਸਿੰਘ ਔਜਲਾ ਆਦਿ ਮੌਜੂਦ ਰਹੇ।
ਫਤਿਹ ਅਕੈਡਮੀ ਆਏ ਸੀ ਉਸ ਬਾਰੇ ਦੱਸਣਾ ਜੀ। ਫਤਿਹ ਅਕੈਡਮੀ 'ਚ ਨੈਸ਼ਨਲ ਹਿੰਦੁਸਤਾਨ ਸਕਾਊਟਸ ਐਂਡ ਗਾਈਡ ਦਾ ਜਿਹੜਾ ਕੈਂਪ ਲੱਗਿਆ ਉਹਦੇ 'ਚ ਆਏ ਹਾਂ ਔਰ ਉਹਦੇ 'ਚ ਜਿਹੜਾ ਇਹਨਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਟ੍ਰੇਨਿੰਗ ਦੇਣ ਦਾ ਫਤਿਹ ਅਕੈਡਮੀ ਵੱਲੋਂ ਇਹਨਾਂ ਨੂੰ ਵਿਵਸਥਾ ਦਿੱਤੀ ਗਈ ਹੈ ਸ਼ੇਖਵਾ ਸਾਹਿਬ ਨਾਲ ਨੇ ਔਰ ਇਹ ਉਹ ਟ੍ਰੇਨਿੰਗ ਹੈ ਜਿਹੜੀ ਦੇਸ਼ ਦੇ ਨਾਲ ਜੋੜਦੀ ਹੈ ਜਿਹੜੀ ਧਰਤੀ ਦੇ ਨਾਲ ਜੋੜਦੀ ਹੈ ਬੱਚਿਆਂ ਨੂੰ ਔਰ ਉਹ ਹਮੇਸ਼ਾ ਹੀ ਬੱਚੇ ਜਿੱਥੇ ਵੀ ਜਾਣਗੇ ਇਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਨੇ ਔਰ ਇਹਦਾ ਸਕਾਊਟਸ ਐਂਡ ਗਾਈਡਸ ਦਾ ਹਮੇਸ਼ਾ ਹੀ ਸਾਡੇ ਹਿੰਦੁਸਤਾਨ ਦੇ ਤਰੱਕੀ ਦੇ ਵਿੱਚ ਵੀ ਕਹਿ ਸਕਦੇ ਹੋ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡਾ ਅਹਿਮ ਰੋਲ ਆ ਔਰ ਇਹਨਾਂ ਦੇ ਗਾਈਡ ਕੀਤੇ ਬੱਚੇ ਜਿਹੜੇ ਆ ਉਹ ਆਪਣੇ ਫਿਊਚਰ ਵਾਸਤੇ ਬਿਹਤਰ ਅਵਸਥਾ ਕਰ ਸਕਦੇ। ਸਰ ਪੰਜਾਬ ਵਿੱਚ ਨਸ਼ਾ ਬਹੁਤ ਆ, ਜਿਹੜੇ ਖਿਡਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਨਸ਼ਾ ਤਾਂ ਆ, ਮੈਂ ਤਾਂ ਪਿੰਡ ਵਾਸੀਆਂ ਨੂੰ ਵੀ ਕਹਾਂਗਾ, ਮੁਹੱਲਾ ਵਾਸੀਆਂ ਨੂੰ ਕਹਾਂਗਾ ਕਿ ਇਹ ਉੱਥੋਂ ਦੀ ਜੜ੍ਹ ਜਿਹੜੀ ਆ ਇਹਨੂੰ ਉੱਥੇ ਹੀ ਖਤਮ ਕੀਤਾ ਜਾਵੇ। ਬਹੁਤ ਪਿੰਡ ਨੇ ਜਿਨ੍ਹਾਂ ਨੇ ਇਕੱਠੇ ਹੋ ਕੇ ਨਸ਼ਾ ਜਿਹੜਾ ਆਪਣੇ ਪਿੰਡ 'ਚ ਮੁਕੰਮਲ ਬੰਦ ਕਰ ਦਿੱਤਾ ਹੈ। ਸੋ ਆਪਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ, ਸਰਕਾਰਾਂ ਆਪਣੀ ਡਿਊਟੀ ਨਿਭਾ ਰਹੀਆਂ ਨੇ ਉੱਥੇ ਆਪਾਂ ਨੂੰ ਵੀ ਨਿਭਾਉਣੀ ਪਏਗੀ ਔਰ ਸਪੋਰਟਸਮੈਨ ਖਾਸ ਕਰਕੇ ਉਹ ਤਾਂ ਪਹਿਲਾਂ ਹੀ ਇਸ ਚੀਜ਼ ਤੋਂ ਦੂਰ ਨੇ ਔਰ ਮੈਨੂੰ ਆਸ ਹੈ ਕਿ ਪੰਜਾਬ ਦਾ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਸਪੋਰਟਸ ਵੱਲ ਜ਼ਿਆਦਾ ਧਿਆਨ ਦੇਗੀ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਸ ਸਮਾਜਿਕ ਬੁਰਾਈ ਤੋਂ ਦੂਰ ਜ਼ਰੂਰ ਜਾਏਗੀ। ਸਰ ਕੋਈ ਪੰਜਾਬ ਵਾਸਤੇ ਕੋਈ ਲਿਹਾਜ਼ ਰਿਹਾ ਖੇਡਾਂ ਵਾਸਤੇ? ਬਿਲਕੁਲ, ਹੁਣ ਸ਼ੁਰੂ ਹੋਈ ਹੈ, ਹੁਣ ਸਰਕਾਰ ਕੋਈ ਜਿਹੜੇ ਪ੍ਰੋਜੈਕਟ ਸੈਂਟਰ ਦੇ ਹੋਣਗੇ ਮੈਂ ਲੈ ਕੇ ਜ਼ਰੂਰ ਆਊਂਗਾ ਆਪਣੇ ਅੰਮ੍ਰਿਤਸਰ ਵਾਸਤੇ। ਠੀਕ, ਥੈਂਕ ਯੂ। ਪ੍ਰੋਗਰਾਮਾਂ ਦੇ ਦੱਸਣਾ, ਅੱਜ ਹਿੰਦੁਸਤਾਨ ਸਕਾਊਟ ਐਂਡ ਗਾਈਡ ਦਾ ਇੱਥੇ ਸਟੇਟ ਲੈਵਲ ਦਾ ਕੈਂਪ ਲੱਗਿਆ ਫਤਿਹ ਅਕੈਡਮੀ ਵਿਖੇ ਔਰ ਸਾਡੇ ਜਿਹੜੇ ਆ ਉਹ ਦਿੱਲੀ ਤੋਂ ਨੈਸ਼ਨਲ ਟ੍ਰੇਨਰ ਆਏ ਨੇ ਜਿਹੜੇ ਟੀਚਰਸ ਨੂੰ ਟ੍ਰੇਨਿੰਗ ਦੇ ਰਹੇ ਆ ਔਰ ਗਾਂ ਇਹ ਜਿਹੜੇ ਟੀਚਰ ਨੇ ਗਾਂ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਅੱਛਾ ਪਰਫੋਰਮ ਕਰਕੇ ਉਹਨਾਂ ਨੂੰ ਪੁਰਸਕਾਰ ਜਿਹੜਾ ਸਟੇਟ ਲੈਵਲ ਦਾ ਉਹ ਦਿੱਤਾ ਜਾਏਗਾ। ਗੁਰਪਿਆਰੇ ਫਤਿਹ ਅਕੈਡਮੀ ਦੇ ਵਿੱਚ ਜੋ ਕੈਂਪ ਲਗਾਇਆ ਗਿਆ ਉਹ ਇੱਕ ਸ਼ਲਾਘਾਯੋਗ ਕਦਮ ਹੈ, ਪਰ ਸਰਕਾਰਾਂ ਨੂੰ ਆਪ ਚਾਹੀਦਾ ਹੈ ਕਿ ਜੇਕਰ ਨਸ਼ੇ ਦੇ ਉੱਤੇ ਨੱਥ ਪਾਣੀ ਹੈ ਅਤੇ ਬੱਚਿਆਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਉਣੀ ਹੈ ਤਾਂ ਕੁਝ ਅਜਿਹੇ ਕਦਮ ਚੱਕੇ ਜਾਣ ਜਿਸ ਦੇ ਨਾਲ ਬੱਚਿਆਂ ਨੂੰ ਸ਼ੁਰੂਆਤੀ ਤੌਰ ਤੋਂ ਹੀ ਆਪਣੇ ਇਤਿਹਾਸ ਦਾ, ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਹੋਈਆਂ ਸ਼ਹਾਦਤਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇ। ਪਰ ਅੱਜ ਆਲਮ ਇਹ ਹੈ ਕਿ ਕਿਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅਤੇ ਕਿਤੇ ਕੁਝੀਆਂ ਚਾਲਾਂ ਕਰਕੇ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਇਤਿਹਾਸ ਹੀ ਬਦਲ ਦਿੱਤਾ ਜਾਂਦਾ ਹੈ ਅਤੇ ਉਹ ਕੂੜ ਇਤਿਹਾਸ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਜਿਸ ਦਾ ਪੰਜਾਬ ਦੇ ਇਤਿਹਾਸ ਨਾਲ ਜਾਂ ਸਿੱਖ ਇਤਿਹਾਸ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਹੁੰਦਾ। ਇਸ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਬਣਦਾ ਹੈ ਕਿ ਚਾਹੇ ਬੱਚਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ, ਬੋਧੀ ਹੈ ਜਾਂ ਜੈਨੀ ਹੈ, ਉਸ ਨੂੰ ਉਸ ਦੇ ਧਰਮ ਦੇ ਨਾਲ ਰਿਲੇਟਡ ਜੋ ਵੀ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਭਾਰਤ ਦੇ ਇਤਿਹਾਸ ਨਾਲ ਜੁੜਿਆ ਹੋਇਆ ਜੋ ਵੀ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਉਸ ਦੇ ਵਿੱਚ ਕਿਤੇ ਵੀ ਕੋਈ ਮਿਲਾਵਟ ਤਾਂ ਨਹੀਂ ਕੀਤੀ ਗਈ ਤਾਂ ਜੋ ਸਾਡੇ ਬੱਚਿਆਂ ਦੀਆਂ ਨੀਹਾਂ ਕਮਜ਼ੋਰ ਨਾ ਹੋ ਸਕਣ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਚੰਡਿਆਲਾ ਗੁਰੂ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।